ਸਤਿ ਸ਼੍ਰੀ ਅਕਾਲ ਦੋਸਤੋ, ਕਿਵੇਂ ਹੋ ਸਾਰੇ? ਬਾਕੀ ਅੱਜ ਆਪਾਂ ਲੱਗੇ ਆ ਕੰਮ ਕਰਨ ਕੰਬਾਈਨ ਕੇ ਇੰਜਣ ਦਾ, ਜਿਹੜਾ ਮੇਨ ਕੰਮ ਹੈ ਬਾਈ ਉਸਕੀ ਲੱਗੇ ਆਪਾਂ ਸਰਵਿਸ ਕਰਨ। ਜਿਹੜਾ ਮੇਨ ਪਾਰਟ ਆਪਾਂ ਨੇ ਤੇਲ ਕੱਢ ਲਈ ਆ, ਦੇਖੋ ਇੰਜਣ ਆਇਲ ਆਪਾਂ ਨੇ ਕੱਢ ਲਈ ਆ ਜਿਹੜਾ ਹੈ ਇਹਦਾ। ਤੋ ਬਾਈ ਇਸਮਾਂ ਖਾਸ ਬਾਤਾਂ ਜਿਹੜੀ ਧਿਆਨ ਰੱਖਣ ਵਾਲੀ, ਇੱਕ ਤੋਂ ਪਹਿਲੀ ਆਪਣੀ ਸਭ ਤੋਂ ਹੈ ਕਿ ਡੀਜ਼ਲ ਟੈਂਕੀ ਸਾਫ਼ ਹੋਣੀ ਚਾਹੀਦੀ ਹੈ ਬਾਈ ਆਪਣੀ। ਹਮੇ ਆਏ ਸੀਜ਼ਨ ਡੀਜ਼ਲ ਟੈਂਕੀ ਸਾਫ਼ ਕਰਾਂ, ਮਾਰੀ ਗੱਲ ਇੱਕ ਵਾਰੀ ਹੋ ਗਈ ਤੀ, ਕਿਉਂਕਿ ਤੇਲ ਇਸਮਾਂ ਮੋਇਸਚਰ ਵੀ ਆਵਾ, ਪਾਣੀ ਵੀ ਹੋ ਜਾ ਬਾਈ। ਜਿਹੜੀ ਲੋਹੇ ਵਾਲੀ ਟੈਂਕੀ ਹੈ ਨਾ, ਉਸਮਾਂ ਮੋਇਸਚਰਾਈਜ਼ ਆਵਾ ਔਰ ਉਸਕੇ ਵਿੱਚ ਪਾਣੀ ਹੋ ਜਾ ਨੀਚੇ ਇਕੱਠਾ। ਤੋ ਉਸ ਕਰਕੇ ਉਹਨੂੰ ਨੀਚੇ ਦੇ ਖੋਲ੍ਹਗਾ, ਆਏ ਸੀਜ਼ਨ ਜ਼ਰੂਰ ਸਾਫ਼ ਕਰੋ। ਇੱਕ ਆਪਣੀ ਪੰਪ ਕੇ ਨੀਚੇ ਵਾਲੀ ਗਲਾਸੀ ਹੋਆ ਵੀਰ, ਉਹ ਵੀ ਜ਼ਰੂਰ ਸਾਫ਼ ਕਰਨੀ ਚਾਹੀਦੀ ਆਪਾਂ ਨੂੰ, ਕਿਉਂਕਿ ਉਹ ਵੀ ਭਰ ਜਾ, ਆਪਾਂ ਦੇਖਦੇ ਨਹੀਂ ਕਈ ਵਾਰੀ, ਉਸ ਕਰਕੇ ਪੰਪ ਬੈਠ ਜਾ ਆਪਣਾ। ਬਾਕੀ ਇੱਕ ਹੋ ਗਈ ਆਪਣੀ ਏਅਰਲਾਈਨ, ਜੋ ਏਅਰ ਕਲੀਨਰਾਂ ਵਾਲੀ ਲੇਗਾ, ਸਾਰੀ ਲਾਈਨ ਆਪਣੀ ਸਾਫ਼ ਹੋਣੀ ਚਾਹੀਦੀ। ਤੋ ਉਰੇ ਦੇ ਸਾਹ ਲਿਖੇ ਆ ਬਾਈ, ਉਹ ਮੇਨ ਪਾਰਟ ਇਸਕਾ, ਉਹ ਵੀ ਆਪਾਂ ਨੂੰ ਜ਼ਰੂਰੀ ਹੈ ਸਾਫ਼ ਕਰਨਾ। ਰੇਡੀਏਟਰ ਹੋ ਗਿਆ, ਰੇਡੀਏਟਰ ਦੇ ਵਿੱਚ ਹਵਾ ਮਾਰਨੀ ਆਏ ਸੀਜ਼ਨ, ਬਾਕੀ ਸੀਜ਼ਨ ਨੂੰ ਲੋੜ ਤੋਂ ਪੈਂਦੀ ਨਹੀਂ ਕਈ ਵਾਰੀ, ਜੇ ਸੂਈ ਚੱਕਾ ਮਸ਼ੀਨ ਤੋਂ ਸੀਜ਼ਨ ਦੇ ਵਿੱਚ ਵੀ ਮਾਰਨੀ ਪੈ ਜਾ ਬਾਈ। ਬਾਕੀ ਮਨ ਤੋਂ ਅੱਜ ਤੱਕ ਪਈ ਨਹੀਂ, ਤੁਹਾਨੂੰ ਦਿਖਾ ਦੇ ਗਲਾਸੀ ਕਿਹੜੀ, ਉਹ ਗਲਾਸੀ ਲੱਗ ਰਹੀ ਬਾਈ ਨੀਚੇ ਇਸਕੇ, ਉਹ ਗਲਾਸੀ ਜ਼ਰੂਰ ਸਾਫ਼ ਕਰੋ। ਰੇਡੀਏਟਰ ਹੋ ਗਿਆ ਆਪਣਾ, ਵਾਟਰ ਵੱਡੀ ਹੋ ਗਈ ਬਾਈ, ਉਹ ਵਾਟਰ ਵੱਡੀ ਹੈ, ਇਸ ਨੂੰ ਗਰੀਸ ਇੱਕ ਪੰਪ ਜ਼ਰੂਰੀ ਹੈ ਬਾਈ, ਇਹਨੂੰ ਇੱਕ ਪੰਪ ਰੋਜ਼ ਮਾਰ ਦਿਓ, ਚਾਹੇ ਇੱਕ ਦਿਨ ਛੱਡ ਕੇ ਮਾਰ ਦਿਓ। ਬਾਕੀ ਬੈਲਟ ਬੁਲਟ ਚੈੱਕ ਕਰ ਲਿਓ ਇਸਕੀ, ਕੋਈ ਢਿੱਲੀ ਤਾਂ ਨਹੀਂ ਹੈ। ਕੂਲੈਂਟ ਆਪਣਾ, ਕੂਲੈਂਟ ਪੂਰਾ ਹੋਣਾ ਚਾਹੀਦਾ। ਬਾਕੀ ਡੀਜ਼ਲ ਲਾਈਨ, ਡੀਜ਼ਲ ਲਾਈਨ ਦਾ ਬਹੁਤ ਰੋਲ ਹੈ ਬਾਈ, ਕਈ ਵਾਰੀ ਆਪਣਾ ਪੈਪ ਪੂਪ ਥੋੜ੍ਹਾ ਜਾਮ ਹੋਆ, ਉਸਮਾਂ ਕਿਆ ਹੈ ਮਸ਼ੀਨ ਲੋਡ ਪੱਟਦੀ ਨਹੀਂ ਹੈ, ਔਰ ਆਪਾਂ ਦੇਖੀ ਜਹਾਂ ਵੀ ਮਸ਼ੀਨ ਲੋਡ ਪੱਟ ਨਹੀਂ ਰਹੀ, ਆਪਣਾ ਡੀਜ਼ਲ ਵੀ ਆ ਰਿਹਾ। ਤੋ ਆਪਾਂ ਨੂੰ ਪੈਪ ਆਪਣਾ ਚੈੱਕ ਕਰਨਾ ਜ਼ਰੂਰੀ ਹੈ, ਕਈ ਵਾਰੀ ਬੈਂਜੋ ਦੇ ਵਿੱਚ ਘੁਸ ਫਸ ਜਾ ਬਾਈ। ਇਹਨਾਂ ਬਾਤਾਂ ਦਾ ਧਿਆਨ ਰੱਖਣੇ ਹੈਗਾ, ਬਾਕੀ ਤੁਹਾਨੂੰ ਦਿਖਾਵਾਂਗੇ ਵੀ ਸਰਵਿਸ ਕਰੀ ਆਪਾਂ ਨੇ ਕਹਾਂ ਕਹਾਂ ਅਤੇ ਕਿਆ ਕਿਆ ਕਰਿਆ। ਠੀਕ ਹੈ ਜੀ, ਓਕੇ ਜੀ। ਇਹ ਭਾਅ ਜੀ ਆਪਣੀ ਗਲਾਸੀ ਹੈ, ਇਹ ਸਾਫ਼ ਕਰਨੀ ਬਹੁਤ ਜ਼ਰੂਰੀ ਹੈ ਬਾਈ, ਜਿਵੇਂ ਕਬਾੜ ਸਭ ਤੋਂ ਪਹਿਲਾਂ ਹੀ ਸੀਮਾ ਵਾ। ਬਾਈ ਡੀਜ਼ਲ ਕੀ ਟੈਂਕੀ ਫੁੱਲ ਰਹਿਣ ਤੇ ਲਾ ਰਿਹਾ ਜ਼ਿਆਦਾ, ਕਿ ਤਲੇ ਕੁਛ ਆਪਾਂ ਧਰਨਾ ਪੜੇਗਾ। ਆ ਦੇਖੋ ਬਾਈ ਫਿਲਟਰ ਕੀ ਹਾਲਤ, ਫਿਲਟਰ ਹੈ ਚੋਕ ਬੁਰੀ ਤਰ੍ਹਾਂ ਦੇ ਪਿਛਕ ਗਿਆ ਬਾਈ, ਉਹ ਫਿਲਟਰ ਕੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ। ਦੂਜਾ ਫਿਲਟਰ ਸਾਫ਼ ਨਿਕਲਿਆ ਬਾਈ, ਹੁਣ ਇਸਮਾਂ ਤੋਂ ਜਾਂਦਾ ਹੀ ਨਹੀਂ ਕਦੀ ਕਬਾੜ, ਕਦੀ ਉਹ ਜੇ ਪਹਿਲਾਂ ਫਿਲਟਰ ਮਾਂ ਨਹੀਂ ਰੁਕਦਾ ਫਿਰ ਜਹਾਜ਼ ਮਾਂ, ਵੈਸੇ ਦੋ ਜੋ ਸਾਫ਼ ਹੋਇਆ, ਪਰ ਆਪਾਂ ਦੋਵੇਂ ਨਵੇਂ ਪਾ ਦੇਵਾਂਗੇ ਬਾਈ ਗਲਾਸੀ ਆਪਣੀ। ਤੋ ਬਾਈ ਨੇ ਚੀਜ਼ਾਂ ਦਾ ਮੇਨ ਧਿਆਨ ਹੈ, ਫਿਲਟਰ ਹੋਏ, ਫਿਲਟਰ ਨਹੀਂ ਚੋਕ ਹੋਣੇ ਚਾਹੀਦੇ। ਇਹ ਸਿਰਫ ਇਸ ਕਰਕੇ ਹੋਵਾਂ ਚੋਕ, ਆਪਾਂ ਟੈਂਕੀ ਸਾਫ਼ ਨਹੀਂ ਕਰਦੇ ਹਾਂ ਬਈ। ਮੈਂ ਤੁਹਾਨੂੰ ਦੱਸ ਰਿਹਾ ਪਿਛਲੇ ਸੀਜ਼ਨ ਮਾਰੀ ਗੱਲ ਹੋਈ ਤੀ, ਟੈਂਕੀ ਮੈਂ ਪਿਛਲੇ ਸੀਜ਼ਨ ਸਾਫ਼ ਨਹੀਂ ਕਰੀ, ਤਾਂ ਉਸ 'ਤੇ ਬਾਈ ਐਸਾ ਕੰਮ ਹੋਇਆ ਸੀਜ਼ਨ ਦੇ ਵਿੱਚ ਮਸ਼ੀਨ ਹਵਾ ਲੈ ਗਈ, ਫਿਰ ਦੇਖਿਆ ਮੈਨੇ ਵੀ ਟੈਂਕੀ ਦੇ ਵਿੱਚ ਕੰਮ ਖਰਾਬ ਹੈ, ਫਿਰ ਮੈਨੇ ਬਾਈ ਟੈਂਕੀ ਸਾਫ਼ ਕਰੀ ਸੀਜ਼ਨ ਦੇ ਵਿੱਚੋਂ। ਬਾਕੀ ਵੀ ਨੇ ਜੀ ਕਿ ਚੋਕ ਹੋਏ ਵੀ ਹੋਣੇ, ਹੁਣ ਤਾਂ ਨਵੇਂ ਪਾਏ ਦੇ ਬਾਈ ਸੀਜ਼ਨ ਤੋਂ ਪਹਿਲਾਂ, ਪਰ ਫਿਰ ਵੀ ਜ਼ਿਆਦਾ ਹੀ ਹਾਲਤ ਖਰਾਬ ਹੈ ਫਿਲਟਰ ਦੀ। ਓਕੇ ਜੀ, ਬਾਈ ਨੇ ਰਬੜ ਰਿੰਗ ਬਦਲ ਦਿਓ, ਚਾਹੇ ਤਾਰੇ ਠੀਕ ਵੀ ਹੈ, ਕਿਉਂਕਿ ਇਹਨੇ ਦਬ ਜਾਮ ਹੈ ਜੁੜੇ ਦੇ, ਫਿਰ ਇਹਨੇ ਲੀਕ ਕਰਨ ਲੱਗ ਜਾਣਾ। ਦੇਖੋ ਕੰਨੀ ਬਣੀ ਵੀ ਨਹੀਂ ਗਈ, ਦੁਬਾਰਾ ਖੋਲ੍ਹ ਗਿਆ, ਜਿਹਨੂੰ ਪਾਵਾਂ ਨੇ ਸੈੱਟ ਨਹੀਂ ਹੁੰਦੇ ਬਾਈ, ਕਈ ਵਾਰੀ ਇਹਨੇ ਲੀਕ ਕਰਨ ਲੱਗ ਜਾਣਾ ਸੀਜ਼ਨ ਨੂੰ, ਇਸ ਕਰਕੇ ਇਹਨੂੰ ਨਵੇਂ ਹੀ ਪਾ ਦਿਓ। ਫਿਲਟਰ ਨੇ ਆਪਣੇ ਨਵੇਂ ਫਿਲਟਰ ਬਾਈ, 401 402 ਮੈਂ ਨਹੀਂ ਕਰਾਂ, ਇਹ ਦੇਖੋ ਇਹ ਆਪਣਾ ਕੱਪੜੇ ਵਾਲਾ ਫਿਲਟਰ ਹੈ ਬਾਈ, ਇਹ ਆਪਣਾ ਦੂਜਾ ਫਿਲਟਰ ਹੈ, ਨਹੀਂ ਇਸ ਕੀ ਗੱਲ ਰਿੰਗ ਹੈ, ਮਗਲੇ ਹਲਕਾ ਨਿਬੜ ਗਿਆ ਬਾਈ ਆਪਣਾ, ਪੈ ਗਿਆ ਜੋ ਪਾਇਆ ਆਪਾਂ ਨੇ, ਮੁੱਲਾ 1540। ਬਾਕੀ ਆਪਣਾ ਇੱਕ ਰੇਡੀਏਟਰ ਸਾਫ਼ ਕਰਨਾ ਰਹਿ ਗਿਆ, ਇੱਕ ਏਅਰਲਾਈਨ। ਓਕੇ ਜੀ, ਫਿਰ ਮਿਲਤੇ ਹੈ। ਹਾਂਜੀ ਮਿੱਤਰੋ, ਇੱਕ ਬਾਈ ਉਹ ਆਪਣਾ ਰੇਡੀਏਟਰ ਕੀ ਸਫਾਈ ਬਹੁਤ ਜ਼ਰੂਰੀ ਹੈ, ਤੁਹਾਨੂੰ ਦਿਖਾ ਦੇਂ, ਇਹ ਦੇਖੋ ਇਹ ਬਾਈ ਇਸਕੇ ਵਿੱਚ ਕਬਾੜ ਭਰਿਆ ਵਾ, ਜੋ ਹਰ ਸੀਜ਼ਨ ਖੋਲ੍ਹ ਕੇ ਇਸਕੇ ਵਿੱਚ ਹਵਾ ਮਾਰਗਾ, ਸਾਫ਼ ਜ਼ਰੂਰ ਕਰੋ ਬਾਈ, ਇਸਮਾਂ ਸੀਜ਼ਨ ਮਾਂ ਮਸ਼ੀਨ ਨਹੀਂ ਗਰਮ ਹੋਣ ਲੱਗ ਜਾ ਬਾਈ ਤਾਂ ਕਰਕੇ। ਬਾਕੀ ਆਪਣੀ ਸਰਵਿਸ ਹੋ ਗਈ ਸਾਰੀ ਕੰਪਲੀਟ, ਹੀ ਆਪਾਂ ਮਸ਼ੀਨ ਸਟਾਰਟ ਕਰਿਆ, ਇਸਮਾਂ ਹਵਾ ਮਾਰੇਂਗੇ। ਚਲੋ ਠੀਕ ਹੈ ਬਾਈ, ਫਿਰ ਮਿਲੇਂਗੇ ਅਗਲੀ ਨੈਕਸਟ ਵੀਡੀਓ ਮਾਂ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਓਕੇ ਜੀ, ਬਾਏ।